ਕੰਮਕਾਰ ਕਿਵੇਂ ਚੱਲ ਰਿਹਾ ਵਧੀਆ ਜੀ ਕੰਮਕਾਰ ਠੰਡਾ ਹੀ ਆ ਵੀਰੇ ਹਾਂ ਕੰਮਕਾਰ ਘੱਟ ਹੀ ਆ ਕੱਲ ਨੂੰ ਦੀਵਾਲੀ ਦਾ ਤਿਉਹਾਰ ਹੈ ਤੇ ਬਹੁਤੇ ਦੁਕਾਨਦਾਰ ਖੁਸ਼ ਨੇ ਤੇ ਬਹੁਤੇ ਨਾ ਖੁਸ਼ ਨੇ ਸਿਕਾਲ ਜੀ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਬਾਬੇ ਦੀ ਕਿਰਪਾ ਹੈ ਹਾਂ ਜੀ ਫੁੱਲ ਕਿਰਪਾ ਨਜ਼ਾਰੇ ਆ ਪੂਰੇ ਜੀ ਹਾਂ ਨਜ਼ਾਰੇ ਬੱਲੇ ਬੱਲੇ ਕੱਲ ਨੂੰ ਦੀਵਾਲੀ ਦਾ ਤਿਉਹਾਰ ਹੈ ਕਹਿੰਦੇ ਵੀ ਸਾਡਾ ਤਾਂ ਕੰਮਕਾਰ ਮੰਦਾ ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਜੀ ਰੀਜ਼ਨ ਕੀ ਕਹਿ ਸਕਦੇ ਹਾਂ ਭਾਈ ਉੱਪਰ ਵਾਲੇ ਜਾਣਦੇ ਹੀ ਰੀਜ਼ਨ ਕੀ ਹੈ ਜੀ ਹਮੇ ਤਾਂ ਪਤਾ ਨਹੀਂ ਇਸ ਬਾਰੇ ਮੈਂ ਬੈਠੇ ਹਮ ਤਾਂ ਵਹੀ ਗਾਹਕੋ ਕਾ ਇੰਤਜ਼ਾਰ ਕਰ ਰਹੇ ਦੁਆਰੀ ਕੰਮ ਪਿਛਲੇ ਸਾਲ ਨਾਲੋਂ ਮਤਲਬ ਕੰਮ ਵਧੀਆ ਨਹੀਂ ਹੈਗਾ ਪਿਛਲੇ ਸਾਲ ਇਹ ਰੌਣਕ ਜ਼ਿਆਦਾ ਸੀਗੀ ਇਸ ਵਾਰ ਤਾਂ ਕੰਮ ਬਹੁਤ ਘੱਟ ਗਿਆ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਜੀ ਬੜਿਆ ਕੰਮ ਕਾਰ ਕਿਵੇਂ ਚੱਲ ਰਿਹਾ ਜੀ ਕੰਮ ਅੱਛਾ ਹੈ ਜੀ ਬੜਿਆ ਹੈ ਜੀ ਬੜਿਆ ਕੰਮ ਹੈ ਭਗਵਾਨ ਦੇ ਮਨ ਤੇ ਬੜੀਆਂ ਆਸਾਂ ਸੀ ਪਰ ਸਾਡੇ ਜਵਾਨ ਪੁੱਤ ਦੋ ਮਰ ਗਏ ਓਵਰਡੋਜ਼ ਕਰਕੇ ਅਸੀਂ ਮਾਮਾ ਬੜੀਆਂ ਦੁਖੀ ਅੱਜ ਉਸ ਪੁੱਤ ਦਾ ਭੋਗ ਪੈ ਰਿਹਾ ਸਾਨੂੰ ਪਤਾ ਸਾਡੇ ਤੇ ਕੀ ਬੀਤ ਰਾਣੇ ਦਾ 27 ਸਾਲ ਦਾ ਬੱਚਾ ਸੀਗਾ ਓਵਰਡੋਜ਼ ਨਾਲ ਮਰ ਗਿਆ ਉਹ ਕਹਿੰਦਾ ਸੀ ਕੋਈ ਧਰਨਾ ਨਹੀਂ ਮੇਰੇ ਟਾਈਮ ਲੱਗੂਗਾ ਹੁਣ ਲੱਗ ਰਹੇ ਆ ਮੈਂ ਪਹਿਲਾਂ ਵੀ ਬੋਲ ਕੇ ਤੇ ਛੱਡੋ ਪਰ ਮੈਂ ਪਰਮਾਤਮਾ ਦੀ ਜਿਵੇਂ ਰਜਾ ਜੀ ਉਸ ਤਰ੍ਹਾਂ ਰਹਿਣਾ ਪੈਂਦਾ ਜੀ ਐਂ ਥੋੜ੍ਹੀ ਨਾ ਮਰੋ ਮਰੋ ਕਰੀ ਜਾਓ ਹਰੇਕ ਟਾਈਮ ਬਈ ਹਾਂਜੀ ਗਾਹਕ ਨਹੀਂ ਹੈ ਗਾਹਕ ਨਹੀਂ ਹੈਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਕੱਲ ਨੂੰ ਦੀਵਾਲੀ ਦਾ ਤਿਉਹਾਰ ਹੈ ਤਾਂ ਬਾਜ਼ਾਰਾਂ ਦੇ ਵਿੱਚ ਚਹਿਲ ਪਹਿਲ ਵੇਖਣ ਨੂੰ ਮਿਲ ਰਹੀ ਹੈ ਤਾਂ ਦੁਕਾਨਦਾਰ ਕਈ ਤਾਂ ਖੁਸ਼ ਨੇ ਕਈ ਨਾ ਖੁਸ਼ ਨੇ ਕਿਉਂਕਿ ਮਹਿੰਗਾਈ ਦੇ ਕਾਰਨ ਮਹਿੰਗਾਈ ਦਾ ਬਹੁਤ ਵੱਡਾ ਮੁੱਦਾ ਰੱਖਿਆ ਗਿਆ ਹੈ ਦੁਕਾਨਦਾਰਾਂ ਵੱਲੋਂ ਕਿ ਮਹਿੰਗਾਈ ਦੇ ਕਾਰਨ ਉਹਨਾਂ ਦੀ ਦੁਕਾਨਦਾਰੀ ਨਹੀਂ ਚੱਲ ਰਹੀ ਤਾਂ ਬਹੁਤੇ ਲੋਕ ਖੁਸ਼ ਨੇ ਤਾਂ ਖਾਸ ਕਰਕੇ ਜਿਹੜੇ ਛੋਟੇ ਬੱਚੇ ਨੇ ਪਟਾਕੇ ਚਲਾਉਣ ਦੇ ਸ਼ੌਕੀਨ ਨੇ ਉਹ ਵੀ ਖੁਸ਼ ਦਿਖਾਈ ਦੇ ਰਹੇ ਨੇ ਤਾਂ ਦੁਕਾਨਦਾਰ ਵੀ ਇੱਥੇ ਮੌਜੂਦ ਨੇ ਬਾਈ ਜੀ ਹੁਣੀ ਨੇ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਹਾਂਜੀ ਹਾਂਜੀ ਵਧੀਆ ਜੀ ਕੰਮਕਾਰ ਕਿਵੇਂ ਚੱਲ ਰਿਹਾ ਵਧੀਆ ਜੀ ਕੰਮਕਾਰ ਠੰਡਾ ਹੀ ਹੈ ਵੀਰੇ ਹਾਂ ਕੰਮਕਾਰ ਘੱਟ ਹੀ ਆ ਹਾਂਜੀ ਠੰਡਾ ਕੰਮ ਹੋਣ ਦਾ ਕਾਰਨ ਬਾਈ ਜੀ ਕੀ ਹੈ ਜੀ ਕਾਰਨ ਰੀਜ਼ਨ ਤਾਂ ਪਤਾ ਨਹੀਂ ਆ ਵੀਰੇ ਬਾਕੀ ਪਬਲਿਕ ਨੂੰ ਪਤਾ ਹੋਊਗਾ ਜੀ ਬਾਈ ਜੀ ਬਹੁਤ ਉਮੀਦਾਂ ਹੁੰਦੀਆਂ ਨੇ ਜਿਵੇਂ ਤੁਸੀਂ ਆ ਮੈਂ ਇੱਕ ਵਾਰ ਜ਼ਰੂਰ ਕਹਾਂਗੇ ਇਹਨਾਂ ਦਾ ਸਮਾਨ ਦਿਖਾਓ ਘਰ ਦੇ ਵਿੱਚ ਡੈਕੋਰੇਸ਼ਨ ਕਰਨ ਵਾਸਤੇ ਸਜਾਵਟ ਕਰਨ ਵਾਸਤੇ ਬਾਈ ਜੀ ਉਹਨਾਂ ਨੇ ਜਿਹੜਾ ਸਮਾਨ ਲਗਾਇਆ ਹੋਇਆ ਤੇ ਬਾਈ ਜੀ ਤੁਸੀਂ ਮਿਹਨਤ ਕਰ ਰਹੇ ਹੋ ਸਲੂਟ ਹੈ ਤੁਹਾਨੂੰ ਵੀ ਪਰ ਕਿਤੇ ਨਾ ਕਿਤੇ ਲੋਕ ਹਨਾ ਇਹਨਾਂ ਚੀਜ਼ਾਂ ਨੂੰ ਇਹਨਾਂ ਤੋਂ ਹਟ ਕੇ ਚਾਈਨਾ ਤੋਂ ਜਿਹੜੀਆਂ ਆਈਟਮਸ ਆ ਰਹੀਆਂ ਨੇ ਚਾਈਨਾ ਦੀਆਂ ਲੜੀਆਂ ਦੇਖ ਲਈਏ ਆਪਾਂ ਉਹਨਾਂ ਨੂੰ ਪਹਿਲ ਦੇ ਰਹੇ ਨੇ ਫਿਰ ਉਹਦੇ ਪਿੱਛੇ ਕਿਤੇ ਨਾ ਕਿਤੇ ਤੁਹਾਡਾ ਵੀ ਕੰਮਕਾਰ ਖਤਮ ਹੁੰਦਾ ਹੋਵੇਗਾ ਹਾਂ ਥੋੜਾ ਬੋਤਾ ਤੇ ਫਰਕ ਪੈਂਦਾ ਹੀ ਆ ਜੀ ਹਾਂਜੀ ਬਾਕੀ ਚੱਲੀ ਜਾਂਦਾ ਦਾਲ ਫੁਲਕਾ ਚੱਲੀ ਜਾਂਦਾ ਜੀ ਬਹੁਤ ਵਧੀਆ ਜੀ ਹਾਂਜੀ ਰੱਬ ਦਈ ਜਾਂਦਾ ਜਿੰਨਾ ਕੁ ਦਿੰਦਾ ਉਨੇ ਜੇ ਖੁਸ਼ ਰਹੀਦਾ ਜੀ ਚਲੋ ਵਧੀਆ ਬਾਈ ਜੀ ਖੁਸ਼ ਰਹਿਣਾ ਚਾਹੀਦਾ ਨੀਂਦ ਤਾਂ ਕਹਿੰਦੇ ਸਾਰੀ ਉਮਰ ਨਹੀਂ ਭਰਦੀ ਬੰਦੇ ਦੀ ਹਾਂ ਬਿਲਕੁਲ ਜੀ ਸਹੀ ਗੱਲ ਆ ਹਾਂਜੀ ਬਿਲਕੁਲ ਹਾਂ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਜੀ ਸੋ ਦੁਕਾਨਦਾਰ ਕਈ ਤਾਂ ਖੁਸ਼ ਨੇ ਕਈ ਨਾ ਖੁਸ਼ ਨੇ ਕਿਉਂਕਿ ਮਹਿੰਗਾਈ ਦੇ ਕਾਰਨ ਕਈ ਦੁਕਾਨਦਾਰਾਂ ਦਾ ਜਿਹੜਾ ਕੰਮ ਹੈ ਉਹ ਘਟ ਰਿਹਾ ਹੈ ਤਾਂ ਬਾਜ਼ਾਰਾਂ ਦੇ ਵਿੱਚ ਚਹਿਲ ਪਹਿਲ ਜ਼ਰੂਰ ਦੇਖੋ ਤਾਂ ਔਰਤਾਂ ਜਿਹੜੀਆਂ ਨੇ ਲੇਡੀਜ਼ ਨੇ ਉਹ ਖਰੀਦਦਾਰੀ ਕਰਨ ਵਾਸਤੇ ਬਾਜ਼ਾਰਾਂ ਦੇ ਵਿੱਚ ਪਹੁੰਚੀਆਂ ਨੇ ਤਾਂ ਕੱਲ੍ਹ ਨੂੰ ਦੀਵਾਲੀ ਦਾ ਤਿਉਹਾਰ ਹੈ ਤਾਂ ਬਹੁਤੇ ਦੁਕਾਨਦਾਰ ਖੁਸ਼ ਨੇ ਤਾਂ ਬਹੁਤੇ ਨਾ ਖੁਸ਼ ਨੇ ਤਾਂ ਬਾਪੂ ਜੀ ਹੋਰੀ ਨੇ ਗੱਲਬਾਤ ਕਰਦੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਬਾਬੇ ਦੀ ਕਿਰਪਾ ਹੈ ਹਾਂ ਜੀ ਫੁੱਲ ਕਿਰਪਾ ਨਜ਼ਾਰੇ ਆ ਪੂਰੇ ਜੀ ਹਾਂ ਨਜ਼ਾਰੇ ਬੱਲੇ ਬੱਲੇ ਕੰਮਕਾਰ ਕਿਵੇਂ ਚੱਲ ਰਿਹਾ ਜੀ ਵਧੀਆ ਦੋ ਰੋਟੀਆਂ ਖਾਣੀਆਂ ਬਾਬੇ ਨੇ ਦੇ ਦੇਣੀਆਂ ਬਸ ਹੋਰ ਸੁਣਾਓ ਵਧੀਆ ਜੀ ਵਧੀਆ ਗਾਹਕਾਂ ਦੀ ਇੱਥੇ ਭੀੜ ਘੱਟ ਨਜ਼ਰ ਆ ਰਹੀ ਹੈ ਬਾਕੀ ਦੁਕਾਨਾਂ ਦੁਕਾਨਾਂ 'ਤੇ ਆਪਾਂ ਦੇਖਦੇ ਹਾਂ ਉੱਥੇ ਬੜੀ ਭੀੜ ਹੈ ਪਤਾ ਕੀ ਹੈ ਜੀ ਸਜਾਵਟ ਦਾ ਸਮਾਨ ਜ਼ਿਆਦਾ ਵਿਕ ਰਿਹਾ ਬੂਟਾਂ ਦੇ ਗਾਹਕ ਘੱਟ ਹੈ ਹਾਂ ਦੀਵਾਲੀ ਦਾ ਤਿਉਹਾਰ ਹੁੰਦਾ ਬਾਪੂ ਜੀ ਹਰ ਕਿਸੇ ਨੂੰ ਇੰਤਜ਼ਾਰ ਹੁੰਦਾ ਵੀ ਆਪਾਂ ਵਧੀਆ ਸੇਲ ਕਰੀਏ ਵਧੀਆ ਨੋਟ ਛਾਪੀਏ ਤੁਸੀਂ ਕਹਿੰਦੇ ਦੋ ਰੋਟੀਆਂ ਖਾਣੀਆਂ ਨਜ਼ਾਰੇ ਕਿ ਬਹੁਤ ਹੈ ਬੁਢਾਪੇ 'ਚ ਹੋਰ ਕਿੰਨੀਆਂ ਕੁ ਚਾਹੀਦੀਆਂ ਹਜ਼ਮ ਨਹੀਂ ਹੁੰਦੀਆਂ ਹਾਂ ਘੱਟ ਹਜ਼ਮ ਹੋ ਜਾਂਦੀਆਂ ਚਲੋ ਹੋਰ ਸਭ ਠੀਕ ਹੈ ਓਕੇ ਬੱਲੇ ਬੱਲੇ ਵਧੀਆ ਵਧੀਆ ਜੀ ਕੱਲ੍ਹ ਨੂੰ ਦੀਵਾਲੀ ਆ ਫਿਰ ਕੀ ਸਪੈਸ਼ਲ ਕਰੋਗੇ ਜੀ ਹਾਂ ਐਨ ਆਫਰ ਕਰਾਂਗੇ ਕੋਈ ਨਾ ਕੋਈ ਸੇਲ ਲਾਵਾਂਗੇ ਕੋਈ ਨਾ ਕੋਈ ਅੱਛਾ ਡਿਸਕਾਊਂਟ ਦੇਵਾਂਗੇ ਗਾਹਕਾਂ ਨੂੰ ਖਿੱਚ ਪਾਵਾਂਗੇ ਠੀਕ ਹੈ ਬਾਪੂ ਜੀ ਤੁਸੀਂ ਇਹ ਕਿਹਾ ਵੀ ਅਸੀਂ ਤਾਂ ਦੋ ਰੋਟੀਆਂ ਖਾਣੀਆਂ ਕਈ ਲੋਕ ਆਪਾਂ ਨੂੰ ਦੇਖ ਰਹੇ ਹੋਣਗੇ ਉਹਨਾਂ ਦੀ ਤਾਂ ਨੀਤ ਨਹੀਂ ਭਰਦੀ ਉਹ ਨੀਤ ਭਰ ਕੇ ਕਿਆ ਹੋ ਮੈਂ ਬਹੁਤ ਜ਼ਿਆਦਾ ਵੀ ਮੈਂ ਆ ਵੀ ਖਰੀਦ ਲਵਾਂ ਮੈਂ ਆ ਵੀ ਹੋ ਜਾਂਦਾ ਪੇਟ ਖਰਾਬ ਹੋ ਜਾਂਦਾ ਥੋੜਾ ਖਾਓ ਸੁਥਰਾ ਖਾਓ ਬਸ ਬਹੁਤੇ ਲੋਕ ਕਹਿੰਦੇ ਮੇਰੀ ਆਹ ਜਾਇਦਾਦ ਬਣ ਜਾਵੇ ਮੈਂ ਉੱਥੇ ਲੈਂਡ ਖਰੀਦ ਲਵਾਂ ਲੋੜ ਥੋੜੀ ਲੋੜ ਹੈ ਜਿਹੜੀ ਸੰਭਾਲ ਹੋ ਜਾਵੇ ਬਹੁਤੀ ਲੋਕਾਂ ਵਾਸਤੇ ਥੋੜੀ ਆਪਣੇ ਵਾਸਤੇ ਠੀਕ ਹੈ ਨਹੀਂ ਹਾਂ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਬਜ਼ੁਰਗ ਨੇ ਉਮਰ ਵਧੇਰੇ ਹੋ ਗਈ ਹੈ ਤਾਂ ਫਿਰ ਵੀ ਖੁਸ਼ ਨੇ ਕਹਿੰਦੇ ਨੇ ਦੋ ਰੋਟੀਆਂ ਖਾਣੀਆਂ ਨੇ ਤਾਂ ਬਾਜ਼ਾਰ ਦੇ ਵਿੱਚ ਚਹਿਲ ਪਹਿਲ
ਤੁਸੀਂ ਦੇਖ ਰਹੇ ਹੋ ਕਿ ਕਿਵੇਂ ਖਰੀਦਦਾਰੀ ਕਰਨ ਵਾਸਤੇ ਲੋਕ ਨੇ ਤਾਂ ਦੁਕਾਨਦਾਰ ਨੇ ਬਾਈ ਜੀ ਕੀ ਹਾਲ ਚਾਲ ਠੀਕ ਹੋ ਵਧੀਆ 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 ਕੰਮ ਕਾਰ ਕਿਵੇਂ ਚੱਲ ਰਿਹਾ ਓਕੇ ਓਕੇ ਵਧੀਆ ਚੱਲ ਰਿਹਾ ਵਧੀਆ ਵਧੀਆ ਸੋ ਦੁਕਾਨਦਾਰ ਨੇ ਬਹੁਤੇ ਖੁਸ਼ ਨੇ ਤਾਂ ਬਹੁਤੇ ਨਾ ਖੁਸ਼ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਰੀਦਦਾਰੀ ਕਰਨ ਵਾਸਤੇ ਲੋਕ ਬਾਜ਼ਾਰ ਦੇ ਵਿੱਚ ਪਹੁੰਚ ਰਹੇ ਨੇ ਤਾਂ ਬਾਜ਼ਾਰ ਦੇ ਵਿੱਚ ਚਹਿਲ ਪਹਿਲ ਵੇਖਣ ਨੂੰ ਮਿਲ ਰਹੀ ਹੈ ਕੱਲ੍ਹ ਨੂੰ ਦਿਵਾਲੀ ਦਾ ਤਿਉਹਾਰ ਹੈ ਤਾਂ ਹਰ ਕਿਸੇ ਨੂੰ ਬੇਸਬਰੀ ਦੇ ਨਾਲ ਦਿਵਾਲੀ ਦੇ ਤਿਉਹਾਰ ਦਾ ਇੰਤਜ਼ਾਰ ਹੁੰਦਾ ਹੈ ਖਾਸ ਕਰਕੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਜੋ ਪਟਾਕੇ ਚਲਾਉਣ ਦਾ ਸ਼ੌਂਕ ਹੁੰਦਾ ਹੈ ਤਾਂ ਉਹ ਵੀ ਬੇਸਬਰੀ ਦੇ ਨਾਲ ਦਿਵਾਲੀ ਦੇ ਤਿਉਹਾਰ ਦਾ ਇੰਤਜ਼ਾਰ ਕਰਦੇ ਨੇ ਤਾਂ ਹੋਰ ਵੀ ਦੁਕਾਨਦਾਰ ਮੌਜੂਦ ਨੇ ਗੱਲਬਾਤ ਕਰਦੇ ਹਾਂ ਬਾਈ ਜੀ ਕੀ ਹਾਲ ਚਾਲ ਬੜੀਆ ਜੀ ਭਾਅ ਜੀ ਕੰਮ ਕਰ ਕਿਵੇਂ ਚੱਲ ਰਿਹਾ ਕੰਮ ਤਾਂ ਮੰਦੇ ਜੀ ਫਿਲਹਾਲ ਰੀਜ਼ਨ ਬਾਈ ਜੀ ਕੀ ਹੈ ਬਹੁਤੇ ਦੁਕਾਨਦਾਰ ਨੇ ਚਿਹਰੇ 'ਤੇ ਰੌਣਕ ਨਹੀਂ ਹੈਗੀ ਕੱਲ੍ਹ ਨੂੰ ਦਿਵਾਲੀ ਦਾ ਤਿਉਹਾਰ ਹੈ ਕਹਿੰਦੇ ਵੀ ਸਾਡਾ ਤਾਂ ਕੰਮ ਕਾਰ ਮੰਦਾ ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਜੀ ਰੀਜ਼ਨ ਕਿਆ ਕਹਿ ਸਕਦੇ ਹਾਂ ਬਾਈ ਉੱਪਰ ਵਾਲੇ ਜਾਣਦੇ ਰੀਜ਼ਨ ਕਿਆ ਜੀ ਹਮੇ ਤਾਂ ਪਤਾ ਨਹੀਂ ਇਸ ਬਾਰੇ ਮੈਂ ਬੈਠੇ ਹਮ ਤਾਂ ਵਹੀ ਗਾਹਕੋ ਦਾ ਇੰਤਜ਼ਾਰ ਕਰ ਰਹੇ ਬਸ ਬਹੁਤੇ ਲੋਕ ਮਹਿੰਗਾਈ ਦਾ ਮੁੱਦਾ ਰੱਖਦੇ ਵੀ ਲੋਕਾਂ ਦੀ ਆਰਥਿਕ ਸਥਿਤੀ ਹੈ ਨਾ ਜਿਹੜੀ ਉਹ ਠੀਕ ਨਹੀਂ ਗੀ ਪੈਸਾ ਨਹੀਂ ਹੈਗਾ ਕਿਸੇ ਦੇ ਕੋਲ ਉਹਦੇ ਕਰਕੇ ਹੋ ਰਹੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਹਾਂਜੀ ਇਹ ਬਾਤ ਸਹੀ ਹੈ ਸਹੀ ਕਹਿ ਰਹੇ ਆਪ ਆਰਥਿਕ ਸਥਿਤੀ ਲੋਕੋ ਕੀ ਬਹੁਤ ਖਰਾਬ ਹੋ ਚੁੱਕੀ ਖੁਸ਼ੀ ਕਾਰਨ ਜੋ ਹੈ ਇਹ ਮੰਦਾ ਹੋ ਰਹਾ ਬਸ ਜੀ ਕੋਵਿਡ ਤੋਂ ਬਾਅਦ ਕਰੋਨਾ ਤੋਂ ਬਾਅਦ ਹਾਲਾਤ ਥੋੜ੍ਹੇ ਸੁਧਰੇ ਨੇ ਜਾਂ ਤੁਹਾਨੂੰ ਥੋੜ੍ਹਾ ਬਹੁਤਾ ਫਰਕ ਦਿਖ ਰਿਹਾ ਜੀ ਨਹੀਂ ਹਾਲਾਤ ਜੁਗ ਤੋਂ ਹੈ ਜੀ ਉਹ ਹੀ ਹਾਲਾਤ ਹੈ ਜੁਗ ਤੋਂ ਮੰਦਾ ਹੈ ਬਹੁਤ ਕਾਮ ਜਬ ਸੇ ਕੋਵਿਡ ਥਾ ਤੋ ਉਸ ਤੋਂ ਪਹਿਲੇ ਕਾਮ ਅੱਛੇ ਤੇ ਉਸਕੇ ਬਾਅਦ ਤੋਂ ਡਾਊਨ ਹੈ ਕਾਮ ਤਾਂ ਦੁਕਾਨਦਾਰ ਨੇ ਬਹੁਤੇ ਦੁਕਾਨਦਾਰ ਨਾ ਖੁਸ਼ ਨੇ ਤਾਂ ਮਹਿੰਗਾਈ ਨੂੰ ਲੈ ਕੇ ਬਹੁਤੇ ਦੁਕਾਨਦਾਰ ਕਹਿ ਰਹੇ ਨੇ ਕਿ ਸਾਡੇ ਕੋਲ ਗਾਹਕ ਨਹੀਂ ਆ ਰਹੇ ਤਾਂ ਬਹੁਤੇ ਦੁਕਾਨਦਾਰ ਖੁਸ਼ ਨੇ ਕਈ ਦੁਕਾਨਾਂ 'ਤੇ ਵੱਡੀ ਗਿਣਤੀ ਦੇ ਵਿੱਚ ਗਾਹਕ ਆ ਰਹੇ ਨੇ ਤਾਂ ਖਰੀਦਦਾਰੀ ਕਰ ਰਹੇ ਨੇ ਤਾਂ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਬਹੁਤੇ ਦੁਕਾਨਦਾਰ ਨਾ ਖੁਸ਼ ਨੇ ਉਹਨਾਂ ਦੇ ਕੋਲ ਗ੍ਰਾਹਕ ਨਹੀਂ ਆ ਰਹੇ ਤਾਂ ਕਿਤੇ ਨਾ ਕਿਤੇ ਜ਼ਿਆਦਾਤਰ ਜਿਹੜੇ ਦੁਕਾਨਦਾਰ ਨੇ ਉਹ ਨਾ ਖੁਸ਼ ਦਿਖਾਈ ਦੇ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਖਰੀਦਦਾਰੀ ਕਰਨ ਵਾਸਤੇ ਪਹੁੰਚੀਆਂ ਨੇ ਤਾਂ ਦੁਕਾਨਦਾਰਾਂ ਨੇ ਵੀ ਸੇਲਾਂ ਲਗਾਈਆਂ ਹੋਈਆਂ ਨੇ ਤਾਂ ਬਹੁਤੇ ਦੁਕਾਨਦਾਰ ਕਿਤੇ ਘੱਟ ਭੀੜ ਨਜ਼ਰ ਆ ਰਹੀ ਹੈ ਤਾਂ ਬਾਈ ਜੀ ਹੁਣੀ ਮੌਜੂਦ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਜੀ ਵਧੀਆ ਜੀ ਬਾਈ ਜੀ ਬਾਤ ਚਹਿਲ ਪਹਿਲ ਆਪਾਂ ਨੂੰ ਵੇਖਣ ਨੂੰ ਮਿਲ ਰਹੀ ਕਈ ਦੁਕਾਨਾਂ 'ਤੇ ਤਾਂ ਗ੍ਰਾਹਕ ਬਹੁਤ ਘੱਟ ਨਜ਼ਰ ਆ ਰਹੇ ਨੇ ਕੀ ਕਾਰਨ ਮੰਨਦੇ ਉਹਦੇ ਪਿੱਛੇ ਮਹਿੰਗਾਈ ਦਾ ਕਾਰਨ ਹੋਣਾ ਜੀ ਮਹਿੰਗਾਈ ਦਾ ਜੀ ਹਾਂਜੀ ਜੀ ਆਪਾਂ ਕਰੋਨਾ ਤੋਂ ਬਾਅਦ ਦੇਖੀਏ ਕਰੋਨਾ ਕਾਲ ਤੋਂ ਬਾਅਦ ਦੁਕਾਨਾਂ ਦੇ ਵਿੱਚ ਚਹਿਲ ਪਹਿਲ ਥੋੜ੍ਹਾ ਬਹੁਤਾ ਫਰਕ ਪਿਆ ਹਾਲਾਂਕਿ ਪਿਛਲੀ ਵਾਰ ਦੀ ਵੀ ਦਿਵਾਲੀ ਦਾ ਤਿਉਹਾਰ ਲੋਕ ਕਾਫੀ ਦੁਕਾਨਦਾਰ ਨਾ ਖੁਸ਼ ਰਹੇ ਹੁਣ ਤੁਹਾਨੂੰ ਦਿਵਾਲੀ ਦਾ ਤਿਉਹਾਰ ਆ ਰਿਹਾ ਕਿਤੇ ਨਾ ਕਿਤੇ ਕਰੋਨਾ ਦੇ ਮੁਕਾਬਲੇ ਕਰੋਨਾ ਤੋਂ ਪਹਿਲਾਂ ਦੀ ਜੋ ਸਥਿਤੀ ਸੀਗੀ ਹੁਣ ਉਸੇ ਤਰ੍ਹਾਂ ਦੀ ਲੱਗ ਰਹੀ ਹੈ ਜੀ ਪਹਿਲਾਂ ਦਾ ਕੰਮ ਪਿਛਲੇ ਸਾਲ ਵਧੀਆ ਸੀਗਾ ਕੰਮ ਇਸ ਵਾਰੀ ਕੰਮ ਘੱਟ ਗਿਆ ਇਸ ਵਾਰੀ ਕੰਮ ਪਿਛਲੇ ਸਾਲ ਨਾਲੋਂ ਮਤਲਬ ਕੰਮ ਵਧੀਆ ਨਹੀਂ ਹੈਗਾ ਪਿਛਲੇ ਸਾਲ ਰੌਣਕ ਜ਼ਿਆਦਾ ਸੀਗੀ ਇਸ ਵਾਰ ਤਾਂ ਕੰਮ ਬਹੁਤ ਘੱਟ ਗਿਆ ਜੀ ਕੰਮਕਾਰ ਮਤਲਬ ਕਿ ਹੈ ਹੀ ਨਹੀਂ ਬਿਲਕੁਲ ਨਹੀਂ ਹੈਗਾ ਇਸ ਵਾਰ ਤਾਂ ਦਿਵਾਲੀ ਇਸ ਵਾਰੀ ਮਤਲਬ ਕਿ ਕੰਮ ਹੈ ਘੱਟ ਹੈ ਜੀ ਹਾਂਜੀ ਭਾਅ ਜੀ ਹਰ ਕਿਸੇ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਹਰ ਕੋਈ ਦੁਕਾਨਦਾਰ ਲੈ ਲਈਏ ਚਾਹੇ ਆਪਾਂ ਮਜ਼ਦੂਰ ਲਾ ਲਈਏ ਉਸ ਨੂੰ ਉਮੀਦਾਂ ਹੁੰਦੀਆਂ ਵੀ ਆਪਾਂ ਚੰਗੀ ਸੇਲ ਕਰਕੇ ਚੰਗੀ ਕਮਾਈ ਕਰਕੇ ਦਿਵਾਲੀ 'ਤੇ ਕੋਈ ਨਾ ਕੋਈ ਆਪਣਾ ਸੁਪਨਾ ਜਿਹੜਾ ਪੂਰਾ ਕਰਾਂਗੇ ਅਤੇ ਜੇ ਇਸ ਤਰ੍ਹਾਂ ਦੀ ਸਥਿਤੀ ਰਹੀ ਤਾਂ ਫਿਰ ਦਿਵਾਲੀ ਦੇ ਤਿਉਹਾਰ ਵੀ ਫੋਕੇ ਲੰਘਣਗੇ ਇਹ ਤਾਂ ਹੁਣ ਸਰਕਾਰਾਂ ਨੂੰ ਸੋਚਣਾ ਚਾਹੀਦਾ ਨਾ ਹੁਣ ਕੰਮਕਾਰ ਤਾਂ ਪਹਿਲਾਂ ਹਰ ਡੇ ਬਾਈ ਡੇ ਘਟੀ ਹੋ ਜਾ ਰਿਹਾ ਅਤੇ ਅੱਗੇ ਆਉਣ ਵਾਲੇ ਟਾਈਮ 'ਚ ਤਾਂ ਜੀ ਕੀ ਪਤਾ ਰੋਟੀ ਵੀ ਨਹੀਂ ਮਿਲਣੀ ਖਾਣ ਨੂੰ ਜੀ ਅਤੇ ਮਤਲਬ ਕਿ ਮਹਿੰਗਾਈ ਹਰ ਚਾਹੇ ਤੁਸੀਂ ਤੇਲ ਦੇ ਰੇਟ ਦੇਖ ਲਓ ਕਿਸੇ ਵੀ ਚੀਜ਼ ਦੇ ਰੇਟ ਦੇਖ ਲਓ ਉਹ ਡੇ ਬਾਈ ਡੇ ਵੱਧਦੇ ਹੀ ਜਾ ਰਿਹਾ ਜੀ ਅਤੇ ਕੰਮਕਾਰ ਹੈ ਹੀ ਉਹ ਨਹੀਂ ਜੀ ਬਿਲਕੁਲ ਨਹੀਂ ਹੈਗੇ ਕੰਮਕਾਰ ਜੀ ਚਾਹੇ ਦੁਕਾਨਦਾਰ ਹੈ ਚਾਹੇ ਜੋਬ ਕਰਦਾ ਕੋਈ ਵੀ ਬੰਦਾ ਜੀ ਹਰ ਕਿਸੇ ਦੀ ਇਨਕਮ ਡਾਊਨ ਨਹੀਂ ਹੋ ਰਹੀ ਹੈ ਜੀ ਮਹਿੰਗਾਈ ਵੱਧਦੀ ਹੋ ਜਾ ਰਹੀ ਹੈ ਜੀ ਤੇਲ ਦੇ ਰੇਟ ਦੇਖ ਲਓ ਹਰ ਕਿਸੇ ਚੀਜ਼ ਦੇ ਰੇਟ ਦੇਖ ਲਓ ਇਹ ਘੱਟ ਹੀ ਰਹੇ ਵੱਧਦੇ ਹੀ ਜਾ ਰਹੇ ਆ ਜੀ ਭਾਅ ਜੀ ਫਿਰ ਜਿਹੜੇ ਵਾਅਦੇ ਆ ਦਾਅਵੇ ਆ ਸਰਕਾਰਾਂ ਦੇ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਸੱਤਾ ਚੋਣ ਤੋਂ ਪਹਿਲਾਂ ਵਾਅਦੇ ਕਰਦੀਆਂ ਨੇ ਮਹਿੰਗਾਈ ਦਾ ਮੁੱਦਾ ਪਹਿਲ ਦੇ ਆਧਾਰ 'ਤੇ ਰੱਖਿਆ ਜਾਂਦਾ ਵੀ ਅਸੀਂ ਮਹਿੰਗਾਈ ਦਾ ਜਿਹੜਾ ਹੱਲ ਕਰਾਂਗੇ ਤਾਂ ਆਮ ਲੋਕਾਂ ਨੂੰ ਅਤੇ ਜਿਹੜਾ ਵਧੀਆ ਮਿਹਨਤ ਦਾ ਮੁੱਲ ਮਿਲੇਗਾ ਫਿਰ ਜਿਹੜੇ ਉਹ ਵਾਅਦੇ ਆ ਜਿਹੜੇ ਦਾਅਵੇ ਆ ਫਿਰ ਜ਼ਮੀਨੀ ਹਕੀਕਤ 'ਤੇ ਫਿਰ ਤਾਂ ਫਿਰ ਖੋਖਲੇ ਨਜ਼ਰ ਆਉਂਦੇ ਹੋਣਗੇ ਇਹ ਤਾਂ ਗੱਲਾਂ ਹੀ ਹੈ ਜੀ ਹੁਣ ਸਰਕਾਰ ਆਉਂਦੀ ਚਾਹੇ ਕਾਂਗਰਸ ਦੀ ਆ ਜਾਵੇ ਚਾਹੇ ਬੀਜੇਪੀ ਦੀ ਆ ਜਾਵੇ ਚਾਹੇ ਅਕਾਲੀਆਂ ਦੀ ਆ ਜਾਵੇ ਜੀ ਅਤੇ ਸਰਕਾਰਾਂ ਆਪਣਾ ਕੰਮ ਕਰਦੀਆਂ ਅਤੇ ਮਹਿੰਗਾਈ ਵੱਲ ਕੋਈ ਨਹੀਂ ਧਿਆਨ ਦਿੰਦਾ ਇਹ ਤਾਂ ਹੁਣ ਪਤਾ ਬਾਅਦ 'ਚ ਪਤਾ ਚੱਲੂਗਾ ਕਿ ਆਮ ਆਦਮੀ ਕੁਛ ਕਰੂੰਗੀ ਕਿ ਨਹੀਂ ਕਰੂੰਗੀ ਪਰ ਸਰਕਾਰਾਂ ਨੇ ਤਾਂ ਬਸ ਕਹਿੰਦੀਆਂ ਹੀ ਹੈ ਜੀ ਵਾਅਦੇ ਹੀ ਕਰਦੀਆਂ ਅਤੇ ਹੁੰਦਾ ਕੁਛ ਵੀ ਨਹੀਂ ਹੈ ਜੀ ਜੇ ਹੁੰਦਾ ਹੁੰਦਾ ਅੱਜ ਸਾਰੇ ਖੁਸ਼ ਹੁੰਦੇ ਜੀ ਕੰਮ ਵੀ ਵਧੀਆ ਹੁੰਦਾ ਕੱਲ੍ਹ ਦਿਵਾਲੀ ਹੈ ਜੀ ਤੁਸੀਂ ਆਪ ਦੇਖ ਲਓ ਕਿੰਨੀ ਕਰਾਉਣਾ ਸਾਰੇ ਦੁਕਾਨਦਾਰ ਜ਼ਿਆਦਾਤਰ ਮਤਲਬ ਕਿ ਥੋੜ੍ਹੇ ਬਹੁਤ ਹੈਗੇ ਜਿਹਨਾਂ ਦਾ ਕੰਮ ਹੈਗਾ ਬਾਕੀ ਸਾਰੇ ਵਿਹਲੇ ਹੀ ਬੈਠੇ ਹੋਏ ਹੈ ਜੀ ਸਰਕਾਰਾਂ ਤਾਂ ਬਸ ਲਾਰੇ ਹੀ ਲਾਉਂਦੀਆਂ ਜੀ
उन्होंने तो वादे कर देने, वादे नाल की हो जाता जी, मैं कर दूंगा वादा भी मैं वधिया होऊंगा जी, काम कार वधिया होऊंगा, महंगाई घटूंगी, पर वो तो एक लारी होंगे जी। ਬਾਈ ਜੀ ਜਿਹੜੇ ਵਪਾਰੀ ਭਾਈਚਾਰਾ ਆ ਇਹਨਾਂ ਨੂੰ ਫਿਰ ਕਿਹੜੀ ਰਣਨੀਤੀ ਕਰਨੀ ਚਾਹੀਦੀ ਤਾਂ ਜੋ ਆਉਣ ਵਾਲੇ ਸਮੇਂ 'ਚ ਜਿਹੜੀਆਂ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਸੱਤਾ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਵੀ ਲਾਭ ਮਿਲ ਸਕੇ ਜੀ? ਰਣਨੀਤੀ ਬਾਈ ਉਹ ਤਾਂ ਉਹਦਾ ਰੱਬ ਹੀ ਰੱਖਾ ਜੀ, ਇਹ ਤਾਂ ਕੁਛ ਵੀ ਨਹੀਂ ਹੋਣਾ ਜੀ ਇਹਨਾਂ ਦਾ ਤਾਂ, ਇਹ ਤਾਂ ਸਰਕਾਰ ਆ ਜੇ ਆ ਤਾਂ ਸਰਕਾਰ ਕਿਉਂ ਬਣਾਉਂਦੇ ਆ ਜੀ, ਹੋਰ ਇਹ ਤਾਂ ਆਪਣਾ ਫਿਰ ਆ ਤਾਂ ਸਾਰੇ ਬਾਹਰ ਜਾ ਰਹੇ ਆ ਜਿਹੜੇ ਯੂਥ ਹੈਗਾ ਜੀ, ਅਤੇ ਉੱਥੇ ਹੀ ਜਾਣਾ ਪੈਣਾ, ਇੱਥੇ ਤਾਂ ਕੋਈ ਨਹੀਂ ਹੈਗਾ ਕੰਮ ਕਾਰ ਜੀ, ਹਾਂ ਅਤੇ ਕੰਮ ਕਾਰ ਆਉਣ ਵਾਲੇ ਟਾਈਮ 'ਚ ਹੋਰ ਘਟੀ ਹੋ ਜਾਣਾ ਜੀ, ਅਤੇ ਹੁਣ ਰਣਨੀਤੀ ਹੁਣ ਕਿੱਦਾਂ ਬਣਾ ਸਕਦੇ ਜੀ, ਸਰਕਾਰ ਹੀ ਬਣਾ ਸਕਦੀ ਹੈ ਜੀ, ਬਾਕੀ ਜੇ ਕੰਮ ਕਾਰ ਇੱਕਾ ਦੁੱਕਾ ਹੈਗਾ ਜੀ ਉੱਦਾਂ ਦਾ ਘਟੀ ਹੋ ਜਾ ਰਿਹਾ ਕੰਮ ਕਾਰ ਜੀ, ਕੁਛ ਵੀ ਨਹੀਂ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ ਬਾਈ ਜੀ। ਸੋ ਦੁਕਾਨਦਾਰ ਨੇ ਮਹਿੰਗਾਈ ਦੇ ਕਾਰਨ, ਮਹਿੰਗਾਈ ਦੇ ਕਰਕੇ ਦੁਕਾਨਦਾਰ ਬਹੁਤ ਨਾਖੁਸ਼ ਨਜ਼ਰ ਆ ਰਹੇ ਨੇ, ਤਾਂ ਖਾਸ ਤੌਰ 'ਤੇ ਮੁੱਦਾ ਜਿਹੜਾ ਰੱਖਿਆ ਗਿਆ ਮਹਿੰਗਾਈ ਦਾ ਰੱਖਿਆ ਗਿਆ, ਮਹਿੰਗਾਈ ਦੇ ਕਾਰਨ ਇਹਨਾਂ ਦੀਆਂ ਦੁਕਾਨਾਂ 'ਤੇ ਜਿਹੜੇ ਗਾਹਕ ਨਹੀਂ ਆ ਰਹੇ, ਤਾਂ ਸਰਕਾਰਾਂ ਦੀ ਜੇ ਗੱਲ ਕਰ ਲਈਏ ਸਰਕਾਰਾਂ ਦੇ ਦਾਅਵਿਆਂ ਨੂੰ ਵੀ ਜ਼ਮੀਨੀ ਹਕੀਕਤ 'ਤੇ ਦੁਕਾਨਦਾਰਾਂ ਵੱਲੋਂ ਵੀ ਖੋਖਲੇ ਹੀ ਕਿਹਾ ਜਾ ਰਿਹਾ, ਤਾਂ ਬਾਜ਼ਾਰਾਂ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਰਹੇ ਨੇ, ਤਾਂ ਬਹੁਤੇ ਦੁਕਾਨਦਾਰ ਜਿਹੜੇ ਨੇ ਉਹ ਖੁਸ਼ ਨਜ਼ਰ ਆ ਰਹੇ ਨੇ, ਤਾਂ ਬਹੁਤੇ ਦੁਕਾਨਦਾਰ ਨਾਖੁਸ਼ ਨਜ਼ਰ ਆ ਰਹੇ ਨੇ, ਤਾਂ ਖਾਸ ਕਰਕੇ ਜਿਹੜਾ ਮਹਿਲਾਵਾਂ ਵਾਸਤੇ ਜਿਹੜਾ ਸੇਲ ਲਗਾਈ ਹੋਈ ਹੈ ਦੁਕਾਨਦਾਰ ਮੌਜੂਦ ਨੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਹੋ? ਜੀ ਬੜੀਆ। ਕੰਮ ਕਾਰ ਕਿਵੇਂ ਚੱਲ ਰਿਹਾ ਜੀ? ਕੰਮ ਅੱਛਾ ਹੈ ਜੀ, ਬੜੀਆ ਹੈ ਜੀ, ਬੜੀਆ ਕੰਮ ਹੈ, ਸਭ ਬੜਿਆ। ਇਹ ਦਿਵਾਲੀ ਕਰਕੇ ਤੁਸੀਂ ਕੋਈ ਆਫਰਸ ਲਗਾਏ ਹੋਏ ਆ ਜਾਂ 500 ਦਾ ਸੂਟ ਕਰ ਦਿਆ, 1000 ਵਾਲਾ 500 ਮਾ ਕਰ ਦਿਆ, 500 ਵਾਲਾ 350 ਮਾ ਕਰ ਦਿਆ। ਅੱਛਾ, ਅੱਧੋ ਅੱਧ ਦਾ ਫਰਕ ਪਾ ਦਿੱਤਾ? ਅੱਧਾ ਫਰਕ ਪਾ ਦਿਆ ਜੀ, ਦਿਵਾਲੀ ਦਾ ਆਫਰ ਕਰ ਦਿਆ, ਦਿਵਾਲੀਆ ਬਾਈ। ਦੁਕਾਨ ਕੋ ਵੀ ਦੇਖ ਲਿਓ, ਲਵਲੀ ਫੈਸ਼ਨ ਦੁਕਾਨ ਦਾ ਨਾਮ ਹੈ, ਚਾਹੇ ਜਬ ਆ ਕੇ ਪੁੱਛ ਸਕਤੇ ਹੋ ਜੀ। ਹਾਂ ਜੀ, ਤੇ ਗ੍ਰਾਹਕ ਵਧੀਆ ਰਿਸਪੌਂਸ ਦੇ ਰਹੇ? ਰਿਸਪੌਂਸ ਬੜਿਆ ਦੇ ਰਹੇ, ਇੱਕ ਬੱਚਾ ਮਾਲ ਵਿਕ ਰਿਹਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਬਾਈ ਜੀ। ਸੋ ਦੁਕਾਨਦਾਰ ਨੇ ਜਿਨ੍ਹਾਂ ਨੇ ਆਫਰਸ ਲਗਾਏ ਹੋਏ ਨੇ ਅੱਧੇ ਮੁੱਲ 'ਤੇ, ਜਿਹੜੇ ਸੂਟ 1000 ਰੁਪਏ ਦਾ ਸੂਟ ਸੀਗਾ ਉਹ 500 ਰੁਪਏ ਦਾ ਸੂਟ ਜਿਹੜਾ ਸੇਲ ਕਰ ਰਹੇ ਨੇ, ਤਾਂ ਹੋਰ ਵੀ ਦੁਕਾਨਦਾਰ ਨੇ। ਖਾਸ ਤੌਰ 'ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਦਿਵਾਲੀ ਦੇ ਤਿਉਹਾਰ 'ਤੇ ਗਿਫਟ ਦਿੱਤੇ ਜਾਂਦੇ ਨੇ ਇੱਕ ਦੂਸਰੇ ਨੂੰ, ਗਿਫਟਾਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ, ਦਿੱਤੇ ਜਾਂਦੇ ਨੇ, ਲਏ ਜਾਂਦੇ ਨੇ, ਤਾਂ ਖਾਸ ਤੌਰ 'ਤੇ ਗਿਫਟ ਵੀ ਦੁਕਾਨਦਾਰਾਂ ਵੱਲੋਂ ਪੈਕਿੰਗ ਕਰਕੇ ਰੱਖੇ ਹੋਏ ਨੇ, ਤਾਂ ਜੋ ਜਿਹੜੇ ਲੋਕ ਇੱਕ ਦੂਸਰੇ ਨੂੰ ਪਿਆਰ ਕਰਨ ਵਾਲੇ ਨੇ, ਚਾਹੁਣ ਵਾਲੇ ਨੇ, ਉਹਨਾਂ ਵੱਲੋਂ ਇੱਕ ਦੂਸਰੇ ਨੂੰ ਗਿਫਟ ਦਿੱਤੇ ਜਾਣ। ਤਾਂ ਬਾਈ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਕੀ ਹਾਲ ਚਾਲ? ਠੀਕ ਹੋ ਜੀ? ਬਹੁਤ ਵਧੀਆ ਜੀ, ਫਸਟ ਕਲਾਸ। ਕੰਮ ਕਾਰ ਕਿਵੇਂ ਚੱਲ ਰਿਹਾ? ਕੰਮ ਬਹੁਤ ਅੱਛਾ ਚੱਲ ਰਿਹਾ ਜੀ, ਠੀਕ ਚੱਲ ਰਿਹਾ ਜੀ, ਦੇਖੋ। ਹਾਂਜੀ ਹਾਂਜੀ, ਠੀਕ ਚੱਲ। ਮਾਰਕੀਟ ਅਜੇ ਕੁਛ ਖੁੱਲ੍ਹੀ ਨਹੀਂ ਜੀ ਪੂਰੀ ਤਰ੍ਹਾਂ, ਦੇਖੋ ਸ਼ਾਮ ਤੱਕ। ਮਾਹੌਲ ਅੱਛਾ ਚੱਲ ਰਿਹਾ, ਕਸਟਮਰ ਹੈ ਜੀ, ਮਾਰਕੀਟ ਠੀਕ ਰਹੇਗਾ। ਲੋਕ ਗਿਫਟ ਲੈਣ ਲੱਗੇ, ਕਹਿੰਦੇ ਨੇ ਇਹ ਵੀ ਕਿਹੜੀ ਕੁਆਲਿਟੀ ਦਾ ਤੁਹਾਡੇ ਕੋਲ ਪੈਕਿੰਗ ਕੀਤੀ ਹੋਈ ਆ, ਜਿਵੇਂ ਆਪਾਂ ਸਵੀਟਸ ਵੀ ਦੇਖ ਰਹੇ ਹਾਂ, ਜਿਹੜੇ ਡਰਾਈ ਫਰੂਟਸ ਵੀ ਤੁਹਾਡੇ ਕੋਲ ਪੈਕਿੰਗ ਕੀਤੀ ਗਈ, ਜ਼ਿਆਦਾਤਰ ਪਹਿਲ ਕਿਸ ਚੀਜ਼ ਨੂੰ ਮਿਲ ਰਹੀ ਹੈ? ਸਾਨੂੰ ਤਾਂ ਆਪਣੀ ਬੇਕਰੀ ਦੀ ਆਈਟਮ ਸਾਡੀਆਂ ਜਿਹੜੀਆਂ ਫਰੈਸ਼ ਆਈਟਮਸ ਹੁੰਦੀਆਂ ਜੀ ਸਾਰੀਆਂ, ਇਸ ਤੋਂ ਉਹ ਪ੍ਰੈਫਰ ਉਹਨਾਂ ਨੂੰ ਜ਼ਿਆਦਾ ਕਸਟਮਰ ਨੂੰ ਕਰਦੇ ਆ, ਬਾਕੀ ਸਾਡੇ ਕੋਲ ਬ੍ਰਾਂਡ ਸਾਨੂੰ ਸਾਰਾ ਮਿਲ ਜਾਣਗੇ। ਨੌਜਵਾਨ ਨੇ ਬਾਈ ਜੀ, ਕਿਵੇਂ ਰਿਸਪੌਂਸ ਕਿਵੇਂ ਮਿਲ ਰਿਹਾ? ਵਧੀਆ ਬਾਈ ਜੀ, ਰਿਸਪੌਂਸ ਠੀਕ ਚੱਲ ਰਹੀ ਹੈ। ਹਾਂਜੀ ਠੀਕ ਚੱਲ ਰਿਹਾ, ਵਧੀਆ ਚੱਲ ਰਿਹਾ ਕੰਮ? ਹਾਂਜੀ ਹਾਂਜੀ, ਇੱਕਦਮ ਓਕੇ, ਬਿਲਕੁਲ ਵਧੀਆ, ਬਹੁਤ ਵਧੀਆ ਚੱਲ ਰਿਹਾ ਜੀ। ਤੁਸੀਂ ਦੱਸੋ, ਖਰੀਦੋ ਫਰੋਖਤ ਕਰਨ ਵਾਸਤੇ ਆਏ ਨੇ? ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਠੀਕ ਹੋ ਜੀ? ਠੀਕ ਹੈ ਠੀਕ ਹੈ, ਤੁਸੀਂ ਸੁਣਾਓ? ਦਿਵਾਲੀ ਦੇ ਹੈਪੀ ਦਿਵਾਲੀ। ਮੁਬਾਰਕਾਂ ਜੀ ਤੁਹਾਨੂੰ ਵੀ, ਬਹੁਤ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਮਹਿੰਗਾਈ ਕਹਿੰਦੇ, ਦੁਕਾਨਦਾਰ ਕਹਿੰਦੇ ਮਹਿੰਗਾਈ ਬਹੁਤ ਹੋਈ ਪਈ ਆ ਜੀ। ਉਹ ਤਾਂ ਰਾਜੇ ਹੈਗੇ ਹੀ, ਹੁਣ ਇਹਦੇ 'ਚ ਕਿਆ, ਸਭ ਵਾਸਤੇ ਹੀ ਆ ਆਪਾਂ ਆਪਾਂ ਇਕੱਲੇ ਵਾਸਤੇ ਥੋੜ੍ਹਾ, ਸਾਰੇ ਵਾਸਤੇ ਆ। ਮਹਿੰਗਾਈ ਨੂੰ ਤਾਂ ਹੁਣ ਆਪਾਂ ਕੀ ਕਰ ਸਕਦੇ ਹਾਂ, ਇਹ ਤਾਂ ਮੋਦੀ ਉਹ ਕਰ ਸਕਦਾ। ਕੀ ਬਿਲਕੁਲ, ਤਾਂ ਹੋਰ ਕਿਵੇਂ ਦੇਖਦੇ ਹੋ? ਬਹੁਤੇ ਦੁਕਾਨਦਾਰ ਜਿਹੜੇ ਨੇ ਉਹ ਕਹਿੰਦੇ ਮਹਿੰਗਾਈ ਕਰਕੇ ਸਰੋਂ ਦਾ ਤੇਲ 200 ਰੁਪਏ ਲੀਟਰ ਹੋ ਗਿਆ ਆ, ਜਾਂ ਹੋਰ ਦੇਖ ਲਈਏ ਕਹਿੰਦੇ ਬਹੁਤ ਜ਼ਿਆਦਾ ਰੇਟ ਚੜ੍ਹ ਗਿਆ, ਕਿੱਥੇ 80 ਰੁਪਏ 70 ਰੁਪਏ ਹੁੰਦਾ ਜੀ, ਅੱਧੋ ਅੱਧ ਦਾ ਦੁੱਗਣਾ ਹੋ ਗਿਆ ਜੀ ਰੇਟ, ਫਿਰ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮਹਿੰਗਾਈ ਨੂੰ ਤਾਂ ਅਸੀਂ ਕੁਛ ਕਰ ਨਹੀਂ ਸਕਦੇ, ਨਾ ਘੱਟ ਹੋਣੀ ਆ, ਵੱਧ ਸਕਦੀ ਆ, ਘੱਟ ਨਹੀਂ ਸਕਦੀ, ਤੇਲ ਵੀ ਇੱਦਾਂ ਹੀ ਚੱਲੀ ਜਾਣੇ, ਮਹਿੰਗਾਈ ਨੂੰ ਕੁਛ ਕੰਟਰੋਲ ਨਹੀਂ ਹੋ ਸਕਦਾ ਮਹਿੰਗਾਈ ਦਾ। ਦਿਹਾੜੀਆਂ ਵੱਧ ਗਈਆਂ ਹੁਣ ਲੋਕਾਂ ਦੀਆਂ, ਦਿਹਾੜੀ ਪੱਲਾ ਹੀ ਵਧਿਆ ਹੋਇਆ, ਇਹੋ ਜਿਹੀ ਗੱਲ ਹੀ, ਕੁਛ ਨਹੀਂ ਕਹਿ ਸਕਦੇ ਮਹਿੰਗਾਈ ਬਾਰੇ। ਟਮਾਟਰ 80 ਰੁਪਏ ਕਿਲੋ, ਕੁਛ ਨਹੀਂ ਕਹਿ ਸਕਦੇ, ਕੋਈ ਚੀਜ਼ ਨਹੀਂ ਕਹਿ। ਇਹਨਾਂ ਚੀਜ਼ਾਂ ਨੂੰ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਹਾਂ? ਬਹੁਤੇ ਲੋਕ ਤਾਂ ਕਹਿੰਦੇ ਆਪਣੇ ਹੱਥ ਪਾਵਰ ਆ, ਲੋਕਤੰਤਰ ਆ, ਆਪਾਂ ਵੋਟ ਦੇ, ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਾਂ ਸਰਕਾਰ ਬਣਾ ਵੀ ਸਕਦੇ ਹਾਂ, ਕਿਸੇ ਰਾਜਨੀਤਿਕ ਦਲ ਨੂੰ ਸੱਤਾ 'ਚ ਲਿਆ ਵੀ ਸਕਦੇ ਹੋ, ਆਪਣੇ ਕੋਲ ਪਾਵਰ ਆ ਜੀ। ਮੈਨੂੰ ਲੱਗਦੀ ਪਾਵਰ, ਵੋਟਾਂ ਪਾ ਦਿੰਦੇ ਚਾਚੇ, ਵੋਟਾਂ ਪਾ ਕੇ ਬਾਅਦ 'ਚੋਂ ਪਾਵਰਾਂ ਪੋਚਣ ਲੱਗ ਜਾਂਦੇ ਆ, ਵੋਟ ਪਾ ਦਿੰਦੇ ਆ ਅਤੇ ਮੰਤਰੀ ਜੀ ਖੜਾ ਕਰ ਦਿੰਦੇ ਆ ਜਾ ਕੇ ਵਿਧਾਨ ਸਭਾ 'ਚ, ਸਾਰਾ ਕੁਝ ਹੋ ਜਾਂਦਾ, ਆਪਾਂ ਹੀ ਪਾਉਂਦੇ ਹਾਂ ਵੋਟਾਂ, ਫਿਰ ਉਸ ਤੋਂ ਬਾਅਦ ਹੀ ਮਹਿੰਗਾਈ ਹੁੰਦੀ, ਫਿਰ ਹੁਣ ਤੁਸੀਂ ਨਾ ਪਾਓ ਤਾਂ
बेरोजगारी चले जावे ते नशा नहीं खत्म हो सकिया। हाँ मेरे भरा ते ना सानू बड़ी आस सी, बहुत वड्डी आस सीगी। असी मामा बड़िया दुखी, अज उस पुत दा भोग पै रहा, सानू पता साडे ते की बीत राणे दा 27 साल का बच्चा सीगा, ओवरडोज ना मर गया। फिर जिहड़े माता जी वादे किए जाते असी नशे नू जड़ों खत्म कर देवांगे, गलत है जी। ये तो गलत है, झूठ बोलते हैं। वोटा ले लेंगे, वोटा तो बाद कुछ भी नहीं होंगे है। असी तो कुछ नहीं कहते, एक बेरोजगारी खत्म कर दे, कहते सी मैं टीके छड़ा के टिफिन चुका दूंगा। बच्चे उदा ही नशा कर रहे, नशा मुक ही नहीं रहा। एक असी समान फैक्ट्री तो लेंगे, फैक्ट्री बंद की जाए, कितों आ जाएगी नशा। माता जी जिहड़ा कहिंदे जिहड़ा नशा आ पाकिस्तान तो आंदा पिया आ, ते गैंगस्टर जिहड़े पाकिस्तान तो ड्रोन दे जरिए भी आ रहे, BSF भी बहुत चौकस आ, उन्हां वल्लों भी ड्रोन नष्ट किए जा रहे ने, ड्रोन जिहड़े जिहड़े गतिविधियां कर रहे ने वह भी खत्म किए जा रहे ने, फिर नशा आंदा कित्थों होएगा जी। हुण इह तां सरकारां नूं पता होगा ना, असीं तां घर च बीबियां घरेलू लेडी आ, सानूं तां इहनां बारे कुछ नहीं पता हैगा। इह तां सरकारां ने रोकणा ना जी, जे सरकारां रोक सकदी असीं बीबियां तां रोक सकदियां। साडे जवान पुत्त बिगड़ते जा रहे, घर के घर खराब हो गए, बहुत छड़ के चले गई मुंडिया ते की करिए। 92 सीटां घट नहीं होंदियां, तुसीं भी वोटां पाईयां होणगीआं। असीं पाईयां पाईयां, असीं उन्हां दी बहुत मदद करी, असीं यही चाहुंदे सी कि इह वीर साडा नशा खत्म कर दूगा, पर नहीं होया। की करिए, की करिए दसो। माता जी कहते 7 महीने हो गए सरकार सत्ता च आई हुई है, काम कहते बहुत किए, बहुत इश्तहार लग रहे हैं, आप सड़क से देखते हैं इश्तहार लगे हुए हैं भी आह काम कर दिता, साडा काम बोलता, फिर वो कहे काम ने जी, तुम कह रहे हो काम नहीं हुए। काम दसो, साढ़े तो कोई होए नहीं अलग तक, उन्हें एक गल कही सी भगवान भी कोई धरना नहीं लगेगा, किसी तरह का लगता, रोज़ धरने लगते कि नहीं लगते दसो मैनू हूँ। वो कहना सी कोई धरना नहीं मेरे टाइम लगेगा, हूँ लग रहे हैं। मैं पहले भी बोल गई तो छोड़ो, पर मैं अगे ही बोली जी। बहुत सो महिलावां ने कितने कितने आम आदमी पार्टी के खिलाफ जिहड़े अपने दिल की पड़ास आ वह कट रही ने, तो बाजार के वड्डी गिणती दे विच जिहड़े कई दुकानदार जिहड़े वह खुश नज़र आ रहे हैं, तो बहुते दुकानदार नाखुश नज़र आ रहे हैं, क्योंकि महंगाई का मुद्दा दुकानदारों वल्लों रखा जा रहा है। तो दुकानदार खास तौर पर यही कह रहे हैं कि महंगाई के कारण जिहड़े गाहक ने कस्टमरस ने उन्होंने कोल नहीं आ रहे, तो दुकानदारों वल्लों अपनी दुकानों के बाहर रख के जिहड़ा सेल लगाई हुई है। भाई जी थोड़ी मौजूद ने, नौजवान भाई, सत श्रीकाल जी। सत श्रीकाल जी, क्या चाल? ठीक हो? ठीक है जी। हाँ जी, काम कार कैसे चल रहे हैं जी? चली जाता जी, वाहेगुरु की कृपा जी। हाँ जी, होर ठीक ठाक हो जी? शुभ दिवाली दी मुबारक जी। तुहानू भी भाई जी बहुत बहुत मुबारक दिवाली दी। कई दुकानदार कहते भी साढ़े को गाहक नहीं आ रहे, तुम भी घर के जी डेकोरेशन तो वाहे परमात्मा की जिम्मे रजा जी, उस तरह रहना पैंता जी, ऐं थोड़ी ना मरो मरो करी जाओ हरेक टाइम भाई। हाँ जी, गाहक नहीं है, गाहक नहीं है कि ठीक है जी, कृपा जी बाबा जी की, कोई गल नहीं जी, वधिया जी, ठीक है, रौनक मेला लग्या वा। कोरोना काल तो पहला का और हुण का रिस्पोंस किहो जिहा जी? ठीक है जी, ठीक है। हाँ जी, हाँ जी, बहुत वधिया है जी, ठीक है। परमात्मा का शुक्र है ना जी, शुक्र है जी। हाँ जी, कल नू दिवाली का त्यौहार है, की खास करोगे? कुछ नहीं, बस दुकानदारी चल लगे हुए है जी, परिवार नाल मनावांगे जी दिवाली। कहिंदे भाई जी जिहड़े मेहनती बंदे ने वो तो बेचारे जिहड़े है ना अपने कारोबार च स्पेंड कर देंदे ने, तो फिर जिहड़े मेहनत करन वाले वो तो अपने कारोबार च स्पेंड कर देंदे ने, अपनियां फिर उम्मीदां हुंदियां ने जे दिवाली सैलीब्रेट करनी हुंदी, फिर वो किस तरीके नाल करदे? कुछ नहीं जी, अपने परिवार विच जाके बस मत्था टेकदे, जाके परिवार नाल समा बिताने, थोड़ी देर दुकान तो वेले हो के जी, थोड़ी मेहनत करन दे विच सुकून रखदे हो। हाँ जी, हाँ जी, हाँ जी, हाँ जी, किदा का महसूस रहा भाई जी? तुम मेहनत करके उत्थे आवाजा भी मार रहे हो कस्टमर नु, है ना, माड़ा नहीं महसूस हुंदा भी मैं यार सरदार मुंडा वधिया मैं क्यों मारा जी? करते जी अपने काम है जी, ये असी क्यों नहीं आवाज मारनी, आवाज मारांगे जी जरूर, काम है जी अपना, फिर वो क्या शर्म करनी जी। हाँ जी, बहुते लोग भाई जी आप नौजवान भी वेख रहे हो तो वो शर्म कर जाते भी अपने काम करके भी, है ना, अपना अपने काम करके भी, जो कह लिए अपना दुकान पर खड़े होने के शर्म महसूस करते हैं, मतलब छोटा काम समझते हैं, उन्होंने तुम्हें की सुनेहा देना चाहते? बिल्कुल नहीं, शर्म क्यों करनी, छोटा है चाहे बड़ा है काम, अपना काम तो अपना है जी, जो मेहनत करूँगे ता ही रोटी मिलेगी जी इस तीन। हाँ जी, धन्यवाद भाई जी, बहुत बहुत शुक्रिया जी। ओके भाई जी, सो ये दुकानदार ने, बहुते दुकानदार खुश नज़र आ रहे हैं, तो बहुते दुकानदार ये भी कह रहे हैं कि आम लोगों ते जां दुकानदारां ते महंगाई की मार पै रही है, तो कल नूं दिवाली का त्यौहार है, तो बहुते दुकानदारां नूं उम्मीदां भी हुंदियां ने कि असीं चंगी सेल करके अपने परिवार के नाल दिवाली का त्यौहार मनावांगे, तो बहुत सारिया उम्मीदां हुंदियां ने, उन्हां नूं जरूरतां हुंदियां ने, लोड़ां पूरियां करनियां हुंदियां ने, जो कि दिवाली के त्यौहार पर ही निर्भर करदियां ने। सो देखना होएगा कि इस बार दुकानदार आने वाले समय के
जो दिवाली का त्यौहार है उस तो खुश होंगे ने जो दिवाली के त्यौहार से किस तरह की उन्होंने आमदन होंगी है गाहक उन्होंने किस तरह मिलते हैं गाहक उन्होंने दुकान पर आते हैं ज नहीं ये तो आने वाला समा ही दसेगा कैमरामैन गुरप्रीत सिंह सिमरनजीत सिंह ढिल्लों पंजाबी लोक चैनल।